ਤੈਨੂੰ ਕਿੰਨੀ ਵਾਰੀ ਕਿਹਾ ਇੱਥੇ ਨਾ ਆਇਆ ਕਰ। ਕਿਉਂ? ਮੇਰੇ ਅੰਕਲ ਦੇ ਖੇਤ ਆ, ਮੈਂ ਜਦੋਂ ਮਰਜ਼ੀ ਆਵਾਂ। ਤੈਨੂੰ ਕੀ? ਮੈਨੂੰ ਪਤਾ ਵਾ ਤੇਰੇ ਅੰਕਲ ਦੇ ਖੇਤ ਆ, ਅਸੀਂ ਇੱਥੇ ਕੰਮ ਹੀ ਜ਼ਰੂਰ ਆ, ਪਰ ਸਾਡੀ ਵੀ ਕੋਈ ਇੱਜ਼ਤ ਆ, ਤੇ ਜੋ ਤੂੰ ਰੋਲ ਕੇ ਰਹੇਂਗੀ। ਮੈਂ ਤੇਰੀ ਇੱਜ਼ਤ ਨਹੀਂ। ਤੂੰ ਤਾਂ ਮੀਰਜ਼ਾਦੀ ਆ, ਮਹਿਲਾਂ ਵੀ ਰਹਿ, ਸਾਡੇ ਕੋਲ ਤਾਂ ਸਿਰਫ ਇੱਜ਼ਤ ਹੀ, ਤੇ ਲੱਗਦਾ ਤੂੰ ਉਹ ਵੀ ਨਹੀਂ ਰਹਿਣੀ। ਉਹ ਵੱਡਿਆ ਇੱਜ਼ਤ ਵਾਲਿਆ, ਤੇਰੀ ਇੱਜ਼ਤ ਨਾ ਮੈਂ ਆ। ਉਹ ਪਰੇ ਹੋ, ਜੇ ਕਿਤੇ ਭੱਜ ਭੁੱਜ ਗਈ ਨਾ ਫੇਰ ਰੁੜ ਤੇਰੀ ਇੱਜ਼ਤ। ਉਹ ਪਰੇ ਹੋ, ਤੂੰ ਲੱਗਦਾ ਭਰਵਾਉਣਾ ਮੈਨੂੰ। ਕੀ ਵਿਗਾੜਿਆ ਦੱਸ ਮੈਂ ਤੇਰਾ? ਚੱਲ ਠੀਕ ਹੈ, ਚੰਗਾ ਫਿਰ। ਪਟਵਾਰੀ ਸਾਹਿਬ ਉੱਪਰ ਹੀ ਆ ਜਾਓ। ਪਟਵਾਰੀ ਸਾਹਿਬ ਕੀ ਲਓਗੇ, ਤੱਤਾ ਕਿ ਠੰਡਾ? ਜੈਲਦਾਰ ਸਾਹਿਬ ਤੁਹਾਡਾ ਹੀ ਤੱਤਾ ਠੰਡਾ ਪੀਦਾ। ਜੈਲਦਾਰ ਸਾਹਿਬ, ਸੂਬੇਦਾਰਾਂ ਵਾਲੀ ਜ਼ਮੀਨ ਤੁਹਾਡੇ ਨਾਲ ਚੜ੍ਹਾਤੀ ਆ। ਅੱਛਾ, ਤਹਿਸੀਲਦਾਰ ਸਾਹਿਬ ਜੀ ਮੰਨਦੇ, ਹੇਠਾਂ ਉੱਪਰ ਕਰਕੇ ਕਰਤਾ ਕੰਮ, ਹੁਣ ਮੇਰਾ ਹਿੱਸਾ ਦੇ ਦਿਓ ਜਿਹੜਾ ਬਣਦਾ। ਸਨੀ ਆ ਵੀ ਦਈਏ ਪਟਵਾਰੀ ਦਾ ਬਣਦਾ ਹਿੱਸਾ। ਚੱਲ ਪਟਵਾਰੀ, ਨਵਾਂ ਹਿੱਸਾ। ਲੱਗਦਾ ਹਿੱਸੇ ਦਾ ਫੇਰੂ ਆ ਕੁੜੀ ਨੂੰ ਛੱਡ ਕੇ ਜੈਲਦਾਰ ਨੇ ਕਰੇ। ਜੀਤੋ ਪੁੱਤ ਆ ਗਈ। ਹਾਂਜੀ ਬਾਪਾ। ਕਾਕਾ ਮੇਰੀ ਗੱਲ ਸੁਣ। ਹਾਂਜੀ। ਬਾਜਵਾ ਸਾਹਿਬ ਨੂੰ ਮੇਰੀ ਫਤਿਹ ਬੁਲਾਈ। ਠੀਕ ਹੈ ਜੀ। ਜੀਤੋ ਤੂੰ? ਸ਼ਮਸ਼ੇਰ ਜੀ, ਮੈਂ ਤਾਂ ਨਹੀਂ ਰਹਿ ਹੋਣਾ, ਮੈਂ ਨਹੀਂ ਰਹਿ ਸਕਦੀ ਤੇਰੇ ਬਿਨਾਂ। ਪਰ ਜੀ ਤੋ ਹੋਇਆ ਕੀ ਆ? ਮੇਰੇ ਘਰਦਿਆਂ ਨੇ ਮੇਰਾ ਵਿਆਹ ਰੱਖਤਾ ਤੇ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਮੈਂ ਤੇਰੇ ਅੱਗੇ ਹੱਥ ਜੋੜਦੀ ਆ, ਮੈਨੂੰ ਇੱਥੋਂ ਲੈ ਜਾ, ਲੈ ਜਾ ਮੈਨੂੰ। ਇਹ ਕੀ ਹੋ ਰਿਹਾ ਓਏ? ਜੀ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਬਕਵਾਸ ਨਾ ਕਰ ਤੇ ਆਪਣੀ ਔਕਾਤ 'ਚ ਰਹਿ ਕੇ ਗੱਲ ਕਰ।
ਸਾਡੇ ਅੱਖਾਂ ਨੂੰ ਵੀ ਅੰਬ ਲੱਗੇ ਆ। ਚਾਚਾ ਜੀ ਇਹਨਾਂ ਦੀ ਕੋਈ ਗਲਤੀ ਨਹੀਂ ਚਾਚਾ ਜੀ, ਉਹ ਤਾਂ ਮੈਂ ਹੀ ਮਰ ਜਾਣੀ, ਇਹਨਾਂ ਬਿਨਾਂ ਨਹੀਂ ਰਹਿ ਸਕਦੀ। ਜੇ ਤੁਸੀਂ ਆਪਣੀ ਧੀ ਨੂੰ ਜਿਉਂਦੇ ਵੇਖਣਾ ਚਾਹੁੰਦੇ ਹੋ ਤੇ ਮੇਰਾ ਇਹਨਾਂ ਨਾਲ ਵਿਆਹ ਕਰਵਾ ਦਿਓ। ਠੀਕ ਹੈ ਧੀਏ, ਪਰ ਤੂੰ ਕੋਈ ਵੀ ਇਹੋ ਜਿਹਾ ਕਦਮ ਨਾ ਚੱਕੀ ਕਿ ਤੇਰਾ ਪਿਓ ਜਿਉਂਦੇ ਜੀ ਮਰ ਜਾਵੇ। ਮੈਨੂੰ ਪਤਾ ਹੈ ਤੇਰੀ ਮਾਂ ਦੇ ਤੁਰ ਜਾਣ ਤੋਂ ਬਾਅਦ ਜੈਲਦਾਰ ਨੇ ਤੈਨੂੰ ਕਿਵੇਂ ਪਾਲਿਆ। ਕਰਦਾ ਮੈਂ ਕੁਛ।